ਓਏ ਸਰਦਾਰ ਜੀ, ਸਰਦਾਰ ਜੀ। ਦਲਜੀਤ ਦੋਸਾਂਝ ਦੀ ਸੁਪਰਹਿੱਟ ਪੰਜਾਬੀ ਮੂਵੀ ਸੀਰੀਜ਼ ਸਰਦਾਰ ਜੀ, ਇਸ ਮੂਵੀ ਦੇ ਤੀਜੇ ਭਾਗ ਦੀ ਵੀ ਅਨਾਊਂਸਮੈਂਟ ਕਰਤੀ ਗਈ ਆ ਕਿ ਇਹ ਸਟਾਰਕਾਸਟ ਕਦੋਂ ਰਿਲੀਜ਼ ਹੋਵੇਗੀ, ਪੂਰੀ ਗੱਲਬਾਤ ਕਰਾਂਗੇ। ਵੀਡੀਓ ਨੂੰ ਪੂਰਾ ਵੇਖਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਇਸ ਮੂਵੀ ਦਾ ਪਹਿਲਾ ਭਾਗ ਆਇਆ ਸੀ ਸੰਨ 2015 ਦੇ ਵਿੱਚ। ਇਸ ਮੂਵੀ ਦੇ ਵਿੱਚ ਦਿਲਜੀਤ ਦੋਸਾਂਝ, ਨੀਰੂ ਬਾਜਵਾ, ਮੈਂਡੀ ਤੱਖੜ, ਜਸਵਿੰਦਰ ਭੱਲਾ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਏ ਸੀ। ਦੂਜਾ ਭਾਗ ਸੰਨ 2016 ਵਿੱਚ ਆਇਆ ਸੀ। ਇਸ ਭਾਗ ਦੇ ਵਿੱਚ ਦਿਲਜੀਤ ਦੋਸਾਂਝ, ਸੋਨਮ ਬਾਜਵਾ, ਮੋਨਿਕਾ ਗਿੱਲ, ਜਸਵਿੰਦਰ ਭੱਲਾ, ਦੇਵ ਸਿੰਘ ਗਿੱਲ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਏ ਸੀ। ਇਹਨਾਂ ਦੋਵਾਂ ਹੀ ਪਹਿਲੀਆਂ ਭਾਗਾਂ ਨੂੰ ਧੀਰਜ ਰਤਨ ਵੱਲੋਂ ਲਿਖਿਆ ਗਿਆ ਸੀ ਅਤੇ ਪਹਿਲੇ ਦੋਵਾਂ ਭਾਗਾਂ ਨੂੰ ਰੋਹਿਤ ਜੁਗਰਾਲ ਵੱਲੋਂ ਹੀ ਡਾਇਰੈਕਟ ਕੀਤਾ ਗਿਆ ਸੀ। ਪਹਿਲੇ ਦੋਵੇਂ ਭਾਗ ਸੁਪਰਹਿੱਟ ਹੋਏ ਸੀ। ਅਤੇ ਗੱਲ ਕਰੀਏ ਤੀਜੇ ਭਾਗ ਦੀ, ਤੀਜੇ ਭਾਗ ਬਾਰੇ ਸਿਰਫ ਅਜੇ ਇਹੀ ਦੱਸਿਆ ਗਿਆ ਹੈ ਕਿ ਇਸ ਮੂਵੀ ਦੇ ਵਿੱਚ ਸਾਨੂੰ ਦਿਲਜੀਤ ਦੋਸਾਂਝ ਦੇਖਣ ਨੂੰ ਮਿਲਣਗੇ, ਬਾਕੀ ਦੀ ਸਟਾਰਕਾਸਟ ਅਜੇ ਰਿਵੀਲ ਨਹੀਂ ਕੀਤੀ ਗਈ। ਇਸ ਮੂਵੀ ਨੂੰ ਵਾਈਟਲ ਸਟੂਡੀਓ ਅਤੇ ਸਟੋਰੀ ਟਾਈਮਸ ਪ੍ਰੋਡਕਸ਼ਨ ਵੱਲੋਂ ਪ੍ਰਜੈਂਟ ਕੀਤਾ ਜਾਊਗਾ। ਇਸ ਮੂਵੀ ਨੂੰ ਵੀ ਗਣਵੀਰ ਸਿੰਘ ਸਿੱਧੂ ਅਤੇ ਮਨਮੋਹਨ ਸਿੰਘ ਸਿੱਧੂ ਹੀ ਪ੍ਰੋਡਿਊਸ ਕਰਨਗੇ। ਇਹ ਮੂਵੀ ਸਾਨੂੰ ਅਗਲੇ ਸਾਲ ਸੰਨ 2025 ਵਿੱਚ 27 ਜੂਨ ਨੂੰ ਵਰਲਡ ਵਾਈਡ ਸਿਨੇਮਾਘਰਾਂ ਦੇਖਣ ਮਿਲੂਗੀ। ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ।